ਮੈਂ ਥੋੜਾ ਜਿਹਾ ਮੀਮ ਕਲਚਰ ਦੀ ਗੱਲ ਕਰਨਾ ਚਾਹਾਂਗੀ। ਮੀਮ ਕਲਚਰ ਦੀ ਜੇ ਗੱਲ ਕਰੀਏ, ਤੁਸੀਂ ਵੇਖਦੇ ਹੋ ਮੀਮਸ? ਮੈਂ ਹਾਂਜੀ, ਮੈਂ ਨਾ ਬਹੁਤ ਘੱਟ ਸੋਸ਼ਲ ਮੀਡੀਆ ਯੂਜ਼ ਕਰਦਾ ਜੀ, ਪਰ ਮੈਨੂੰ ਦਿਖਾਉਂਦੇ ਰਹਿੰਦੇ ਨੇ ਜਦੋਂ ਇੰਟਰਵਿਊਜ਼ ਕਰਦੇ ਆ ਨਾ, ਮੈਨੂੰ ਉਦੋਂ ਪਤਾ ਲੱਗਦਾ, ਪਰ ਹਾਂ ਵਿੱਚ ਵਿੱਚ ਕਈ ਵਾਰੀ ਮੇਰੇ ਸਾਹਮਣੇ ਮੇਰੇ ਹੀ ਆ ਜਾਂਦਾ ਜਦੋਂ ਫੋਟੋ ਲਾ ਕੇ ਨਾਲ ਬਣਾਇਆ ਹੁੰਦਾ। ਤੁਹਾਡਾ ਆਪਣਾ ਫੇਵਰੇਟ ਮੀਮ ਕਿਹੜਾ ਜਿਹੜਾ ਤੁਹਾਡੇ ਤੇ ਬਣਿਆ ਹੋਵੇ? ਮੈਨੂੰ ਤਾਂ ਮੈਂ ਇੱਕ ਦੋ ਪੜ੍ਹੇ ਜੀ, ਬੜੇ ਵਧੀਆ ਹੁੰਦੇ ਨੇ, ਵਨ ਲਾਈਨਰਸ ਬੜੇ ਵਧੀਆ ਹੁੰਦੇ ਨੇ। ਹੁਣ ਮੈਂ ਚਲੋ ਤਾਂ ਹੁਣ ਨਹੀਂ ਹੈਗੇ, ਇੱਕ ਵਾਰੀ ਨਾ ਉਹਨਾਂ 'ਤੇ ਕਰਤਾ, ਸਰਕਾਰਾਂ 'ਤੇ ਕਿਸੇ 'ਤੇ ਕੀਤਾ ਸੀਗਾ, ਕਿਸੇ ਨਾਂ ਨਹੀਂ ਲੈਂਦਾ ਮੈਂ, ਆਪਣੇ ਮੁੱਖ ਮੰਤਰੀ ਸੀ ਉਹਨਾਂ 'ਤੇ ਕਰਤਾ, ਉਹਨਾਂ ਨੇ ਇੱਕ ਵਾਰੀ ਕਹਿੰਦੇ ਪਤਾ ਨਹੀਂ, ਉਹਨਾਂ ਨੇ ਕਮੈਂਟ ਕੀਤਾ ਸੀ ਕਿਤੇ ਅਖਬਾਰ 'ਚ, ਵੱਡੀ ਖਬਰ ਆਈ ਸੀ ਵੀ ਰਾਹੁਲ ਗਾਂਧੀ ਕਹਿੰਦੇ ਰਾਹੁਲ ਗਾਂਧੀ ਨੂੰ ਸਾਈਕਲ ਨਹੀਂ ਚਲਾਉਣਾ ਆਉਂਦਾ, ਕਹਿੰਦੇ ਇਹ ਸਰਕਾਰ ਸਵਾਹ ਚਲਾਊਗਾ, ਤਾਂ ਉਹਨੇ ਮੇਰੇ ਥੱਲੇ ਲਿਖ ਕੇ ਲਾਇਆ ਤੂੰ ਕਿਹੜਾ ਸਾਈਕਲ 'ਤੇ ਨੈਣਾ ਦੇਵੀ ਜਾਂਦਾ ਰਿਹਾ, ਹੈ ਨਾ? ਤਾਂ ਇੱਦਾਂ ਦੇ ਕਈ ਵਾਰ ਮੈਨੂੰ ਬੜੇ ਉਹ 'ਚ ਹਾਸਾ ਆਉਂਦਾ, ਪਰ ਜਿਹੜੇ ਵੀ ਬਣਾਉਂਦੇ ਨੇ ਉਹ ਅਕਲ ਨਾਲ, ਲਿਆਕਤ ਨਾਲ, ਇੱਜ਼ਤ ਬਰਕਰਾਰ ਰੱਖ ਕੇ ਬਣਾ ਰਹੇ ਨੇ, ਰਜਾਉਂਦੇ ਰਹਿਣ। ਔਰ ਮੈਂ ਸਟਾਇਰ ਆ, ਬੇਸਿਕਲੀ ਸਟਾਇਰ ਹੈ, ਸਟਾਇਰ ਬਿਲਕੁਲ। ਔਰ ਇਹ ਤਾਂ ਹੁਣ ਚਲੋ ਇੰਸਟਾ 'ਤੇ ਤਾਂ ਹੋਣਾ ਨਹੀਂ ਸ਼ੁਰੂ ਹੋਏ, ਤੁਹਾਡੇ ਤਾਂ ਫੇਸਬੁੱਕ 'ਤੇ ਬੜੇ ਫੇਮਸ ਹੋਏ, ਤੁਹਾਡੇ ਔਰ ਭੱਲਾ ਸਾਹਿਬ ਦੇ। ਹਾਂ, ਬਹੁਤ ਜ਼ਿਆਦਾ, ਹਾਂਜੀ ਬਹੁਤ ਜ਼ਿਆਦਾ। ਓਕੇ, ਸੋ ਹੁਣ ਤੁਸੀਂ ਪੋਲੀਟਿਕਸ ਦਾ ਜ਼ਿਕਰ ਕਰ ਦਿੱਤਾ ਹੈ ਨਾ, ਮੈਨੂੰ ਕਿਤੇ ਸੁਣਨ ਤੋਂ ਆਇਆ ਕਿ ਕਿਸੇ MP ਨੇ ਸ਼ਾਇਦ ਤੁਹਾਡੇ 'ਤੇ ਡੋਰੇ ਪਾਉਣ ਦੀ ਕੋਸ਼ਿਸ਼ ਕੀਤੀ ਕਿ ਸਾਡੀ ਸਰਕਾਰ 'ਚ ਆ ਜਾਵੇ, ਇਹ ਗੱਲ ਸੱਚੀ ਆ? ਨਹੀਂ ਨਹੀਂ, ਚੱਲਦਾ ਜੀ, ਪਤਾ ਚੱਲਦਾ ਰਹਿੰਦਾ ਜੀ, ਬੜਾ ਲੰਬੇ ਦੌਰ ਤੋਂ ਚੱਲਦਾ ਜੀ ਇਹ। ਪਿਛਲੀਆਂ ਦੋ ਸਰਕਾਰਾਂ ਲੰਘ ਗਈਆਂ, ਉਹਨਾਂ 'ਤੇ ਵੀ ਮੇਰਾ ਇਹੀ ਪ੍ਰੈਸ਼ਰ ਸੀਗਾ ਮੇਰੇ 'ਤੇ ਜੀ, ਵਾਹਵਾ ਟਾਈਮ ਜੀ ਚੱਲਦਾ ਰਿਹਾ, ਪਰ ਮੈਂ ਨਿਕਲਦਾ ਹੀ ਰਿਹਾ ਜੀ ਹਮੇਸ਼ਾ। ਇੱਕ ਵਾਰੀ ਤਾਂ ਅਨਾਊਂਸ ਹੀ ਹੋਣ ਲੱਗੀ ਸੀ ਅੱਜ ਤੋਂ ਬਹੁਤ ਟਾਈਮ ਪਹਿਲਾਂ ਵੀ, ਸ਼ਾਮ ਦੇ 6:30 ਵਜੇ ਵਾਲੀਆਂ ਖਬਰਾਂ ਹੀ ਸੁਣ ਲਈ, ਮੈਨੂੰ ਐਂ ਸੀ ਮੈਂ ਤਾਂ ਹੱਥ ਜੋੜ ਲਏ ਜੀ, ਮੈਂ ਕਿਹਾ ਮੈਨੂੰ ਸੱਚੀ ਨਹੀਂ ਪਤਾ, ਨਾਲੇ ਮੇਰੇ ਤਾਂ ਕੋਈ ਇੱਜ਼ਤ ਹੈ ਨਹੀਂ, ਪਰ ਤੁਹਾਡੀ ਵੀ ਨਹੀਂ ਇਸ ਹਿਸਾਬ ਨਾਲ ਰਹਿਣੀ ਜਦੋਂ ਜੋ ਮੈਂ ਜਵਾਬ ਦੇ ਗਿਆ ਸ਼ਾਮ ਨੂੰ, ਕਿੰਨੀ ਬੇਇੱਜ਼ਤੀ ਹੋਊਗੀ ਆਪਣੀ ਸਾਰਿਆਂ ਦੀ। ਮੈਂ ਇਸ ਲਈ ਮੈਂਟਲੀ ਪ੍ਰਪੇਅਰ ਨਹੀਂ ਹੈਗਾ ਜੀ, ਜਿੱਦਾਂ ਕਿਤੇ ਮੈਨੂੰ ਲੱਗਿਆ ਕੁਛ ਇੱਦਾਂ ਦਾ ਕਰ ਸਕਦਾ, ਆਹ ਸਾਰੇ ਮੇਰੇ ਭੈਣ ਭਰਾ ਹੀ ਨੇ ਜੀ ਜਿਹੜੇ ਕਰ ਰਹੇ ਨੇ ਹੁਣ। ਕਰਮਜੀਤ ਆ ਗਏ? ਹਾਂਜੀ ਹਾਂ, ਕਰਮਜੀਤ, ਬ੍ਰਦਰ ਟੂ ਮੀ ਸਾਰਿਆਂ ਨੂੰ ਪਤਾ ਸਾਡਾ ਕਿੰਨਾ ਪਿਆਰ ਹੈ ਜੀ। ਤਾਂ ਜਦੋਂ ਨਾ ਕੁਛ ਸਮਾਜ ਦੇ ਵਿੱਚ ਕੁਛ ਕੁਰੀਤੀਆਂ ਹੁੰਦੀਆਂ ਨੇ, ਉਹਨਾਂ ਨੂੰ ਸੁਧਾਰਨ ਦੇ ਲਈ ਤੁਹਾਡੇ ਮਨ 'ਚ ਕੋਈ ਇੱਛਾ ਹੋਵੇ, ਤੁਹਾਨੂੰ ਲੱਗਦਾ ਵੀ ਤੁਸੀਂ ਕੁਛ ਬਦਲ ਸਕਦੇ ਹੋ, ਬਦਲਾਅ ਲਿਆ ਸਕਦੇ ਹੋ, ਤਾਂ ਜ਼ਰੂਰ ਕਰਨਾ ਚਾਹੀਦਾ। ਪਰ ਇਹ ਨਾ ਇਹ ਅਹੁਦੇ ਨਹੀਂ ਹੈਗੇ, ਇਹ ਐਂ ਨਹੀਂ ਹੈਗਾ ਵੀ ਤੁਸੀਂ ਵੀ ਚੁਣ ਕੇ ਪਤਾ ਨਹੀਂ ਬਹੁਤ ਵੱਡੀ ਪਦਵੀ 'ਚ ਨਹੀਂ ਮਿਲ ਜਾਂਦੀ, ਉਹ ਨਹੀਂ ਹੈਗਾ। ਅੱਜ ਦਾ ਦੌਰ ਹੱਥਾਂ ਦੇ ਵਿੱਚ ਮੋਬਾਈਲ ਨੇ ਸਾਰਿਆਂ ਦੇ, ਅੱਜ ਦੀ ਘੜੀ ਤਾਂ ਡਿਲੀਵਰ ਕਰਨਾ ਪੈਣਾ ਇਹ ਤੁਹਾਨੂੰ ਜਿੱਥੇ ਤੁਸੀਂ ਬਣਦੇ ਹੋ 100% ਉਹਨੂੰ ਦੇਣਾ ਪੈਣਾ ਹੈ ਆਡੀਅੰਸ ਨੂੰ, ਤਾਂ ਜਿਹੜੇ ਤੁਹਾਡੇ ਜਿੰਨੇ ਇੱਕ ਇੱਕ ਵੋਟ ਦੀ ਕੀਮਤ ਦੇਣੀ ਪੈਣੀ, ਇੱਕ ਇੱਕ ਵੋਟ ਦੀ ਕੀਮਤ ਦੇਣੀ ਪੈਣੀ, ਉਹੀ ਨਹੀਂ ਬਣਾਉਂਦੇ, ਉਹ ਬਣਾਉਂਦੇ ਨੇ ਅਤੇ ਫਿਰ ਹਿਸਾਬ ਮੰਗਦੇ ਅੱਜ ਦੀ ਘੜੀ ਤਾਂ। ਫਿਰ ਉਹ ਨਿਰਪੱਖ ਹੋ ਕੇ ਤੁਹਾਨੂੰ ਐਨ ਪੂਰੇ ਵਧੀਆ ਜੇ ਕਰੋਗੇ, ਜੇ ਉਹਨਾਂ ਨੂੰ ਡਿਲੀਵਰ ਕਰੋਗੇ ਅੱਛੇ ਤਰੀਕੇ ਨਾਲ, ਸਰਵ ਕਰੋਗੇ ਨੇਸ਼ਨ ਨੂੰ, ਤਾਂ ਫਿਰ ਰਿਪੀਟ ਹੋਵੋਗੇ ਤੁਸੀਂ, ਅਦਰਵਾਈਜ਼ ਨਹੀਂ। ਸੋ ਕਰਮਜੀਤ ਹੁਣਾਂ ਨਾਲ ਡਿਸਕਸ਼ਨ ਹੁੰਦੀ ਰਹੀ ਹੈ, ਹੁੰਦੀ ਰਹਿੰਦੀ ਹੈ ਜੀ, ਹੁੰਦੀ ਰਹਿੰਦੀ, ਤੁਸੀਂ ਜਾ ਰਹੇ ਹੋ ਉਹਨਾਂ ਨੂੰ ਆਬਵੀਅਸਲੀ ਸਪੋਰਟ ਕਰਨ। ਦੇਖੋ ਮੈਂ ਤੁਹਾਨੂੰ ਇੱਕ ਸਿੰਪਲ ਗੱਲ ਦੱਸਦਾ ਜੀ, ਮੈਂ ਜੇ ਕਰਮਜੀਤ ਬਾਰੇ ਇੱਕ ਸਿੰਪਲ ਜਿਹੀ ਗੱਲ ਦੱਸਦਾ ਜੀ, ਕਰਮਜੀਤ ਕਿਸੇ ਵੀ ਪਾਰਟੀ ਤੋਂ ਹੁੰਦਾ ਮੈਂ ਤਾਂ ਵੀ ਜਾਣਾ ਸੀ, ਭਰਾ ਹੀ ਕਹਿਤਾ ਜਦ ਭਰਾ ਮੂਹਰੇ, ਤਾਂ ਫਿਰ ਜੇ ਸਾਰੀ ਉਮਰ ਵਿਚਰਦੇ ਰਹੇ ਹਾਂ। ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ।